ਪਿੰਡ ਚੂੜ ਵਾਲੀ ਜਲੰਧਰ ਦਾ ਇੱਕ ਰਾਤ ਵਿੱਚ 5 ਦੁਕਾਨਾਂ ਵਿੱਚ ਹੋਈ ਚੋਰੀ ਜਿਸ ਵਿੱਚ ਦੁਕਾਨਦਾਰ ਮੋਤੀ ਰਾਜ ਕਰਿਆਨਾ ਸਟੋਰ ਸ਼ਮਸ਼ੇਰ ਸਿੰਘ ਮੈਡੀਕਲ ਸਟੋਰ ਮਸਤਰਾਮ ਸਵੀਟ ਸ਼ਾਪ ਇੰਦਰ ਸਟੂਡੀਓ ਸਿਮਰਨ ਸਵੀਟ ਸ਼ਾਪ ਆਦਿ ਸ਼ਾਮਲ ਹਨ। ਇੱਥੇ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਗਏ। ਅਗਲੇ ਦਿਨ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਵਾਪਸ ਆਏ ਤਾਂ ਉਹਨਾਂ ਦੇਖਿਆ ਕਿ ਕਿਸੇ ਦੁਕਾਨ ਦਾ ਤਾਲਾ ਟੁੱਟਾ ਹੋਇਆ ਹੈ, ਕਿਸੇ ਦੁਕਾਨ ਦਾ ਸ਼ਟਰ ਥੱਲੇ ਫਰਸ਼ ਪੁੱਟ ਕੇ ਅੰਦਰ ਵੜ ਕੇ ਚੋਰੀ ਕੀਤੀ ਗਈ। ਇੱਥੇ ਮੋਤੀ ਰਾਮ ਕਰਿਆਨਾ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੀ ਛੱਤ ਦੀਆਂ ਟੈਲਾਂ ਪੁੱਟ ਕੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਗਈ। ਇਹ ਚੋਰੀ ਦੀ ਵਾਰਦਾਤ ਮੋਤੀ ਰਾਮ ਕਰਿਆਨਾ ਸਟੋਰ ਤੇ ਦਸੰਬਰ 2022 ਵਿੱਚ ਪਹਿਲਾਂ ਵੀ ਹੋਈ ਸੀ। ਉਹਨਾਂ ਕਿਹਾ ਕਿ ਇਹ ਜਾਣਕਾਰੀ ਜੰਡੂ ਸਿੰਘਾ ਪੁਲਿਸ ਚੌਂਕੀ ਨੂੰ ਦਿੱਤੀ ਗਈ। ਉਹਨਾਂ ਮੌਕੇ ਤੇ ਆ ਕੇ ਜਾਇਜ਼ਾ ਲਿਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਪਰਮਜੀਤ ਸਾਬੀ ਦੀ ਵਿਸ਼ੇਸ਼ ਰਿਪੋਰਟ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਪਰਮਜੀਤ ਸਾਬੀ ਦੀ ਚੂੜ ਵਾਲੀ ਜਲੰਧਰ ਤੋਂ ਵਿਸ਼ੇਸ਼ ਰਿਪੋਰਟ। ਸਮਾਨ ਚੋਰੀ ਲੱਭਣ ਦੀ ਕੋਸ਼ਿਸ਼ ਕੀਤੀ ਨਾ, ਇੱਥੇ ਗੁਰਕ ਪਈ ਸੀਗੀ ਆ ਜਿਹੜੀ ਆ, ਜਿਹਨੂੰ ਪੱਟ ਕੇ ਇਹਦੇ ਵਿੱਚੋਂ ਖੋਲ੍ਹ ਕੇ ਸਾਰੇ ਪੈਸੇ ਲੈ ਗਏ। ਜੇ 3000 ਰੁਪਈਆ ਇਹਦੇ ਵਿੱਚ ਸੀਗਾ, ਕੁਛ ਸਾਡਾ ਕੈਸ਼ ਉੱਥੇ ਪਿਆ ਸੀ ਲੋਕਰ 'ਚ, ਉਹ ਵੀ ਉਹਨੇ ਪੱਟਿਆ। ਆ ਗੱਲੇ ਗੁੱਲੇ ਸਾਰੇ ਬਾਹਰ ਕੱਢੇ ਸੀਗੇ ਜੋ ਵੀ ਹੈਗਾ। ਲਗਭਗ ਕਿੰਨੀ ਕੁ ਨਕਦੀ ਦਿਹਾੜੀ ਲੈ ਕੇ ਚੋਰ ਫੜਾ? ਮਤਲਬ 5-6 ਹਜ਼ਾਰ ਦੇ ਵਿੱਚ ਹੈਗੀ ਸੀ। ਅਤੇ ਆਹ ਨੁਕਸਾਨ ਜਿਹੜਾ ਅਲਮਾਰੀ ਸਾਰੀ ਪੱਟੀ ਪਈ ਆ, ਉਧਰੋਂ ਵੀ ਸਾਰਾ ਸ਼ਟਰ ਭੇਜ। ਤੁਸੀਂ ਦੇਖ ਰਹੇ ਹਾਂ ਲਾਈਵ ਤਸਵੀਰਾਂ ਪਿੰਡ ਚੂੜੋਵਾਲੀ ਦੀਆਂ, ਜੋ ਕਿ ਚੋਰਾਂ ਨੇ ਦੂਸਰੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੂੜੋਵਾਲੀ ਦੇ ਵਿੱਚ 5 ਦੁਕਾਨਾਂ 'ਤੇ ਕੱਲ੍ਹ ਰਾਤ ਚੋਰੀ ਕੀਤੀ ਗਈ ਆ, ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਭੰਨ ਤੋੜ ਕੀਤੀ ਗਈ ਆ। ਤੁਸੀਂ ਦੇਖ ਰਹੇ ਹਾਂ ਪਿੰਡ ਚੂੜੋਵਾਲੀ ਦੀਆਂ ਲਾਈਵ ਤਸਵੀਰਾਂ। ਆਪਣੇ ਉਹਦੇ ਚੜ੍ਹ ਕੇ ਦੇਖਿਆ ਅੰਦਰ ਬੜਿਆ ਆ, ਫੇ ਜਿਹੜੀ ਚੀਜ਼ ਲੱਭੀ ਸਾਰਾ ਸਮਾਨ ਉਹਨੇ ਖੋਲਿਆ, ਇਧਰੋਂ ਅੰਦਰੋਂ ਵੜ ਵੜ ਕੇ ਦੇਖਿਆ ਕੁਝ। ਕਿਹੜੀ ਚੀਜ਼ ਤੁਹਾਡੀ ਚੋਰੀ ਹੋਈ ਆ ਤੁਸੀਂ ਦੱਸ ਸਕਦੇ ਆ? ਸਾਡਾ ਸਮਾਨ ਕੁਝ ਹੈ ਨਹੀਂ ਸੀਗਾ, ਤੇ ਖਾ ਪੀ ਕੇ ਚਲ ਗਿਆ। ਜਦੋਂ ਮਤਲਬ 1000-1500 ਰੁਪਈਆ ਮੇਰਾ ਸਾਈਡ ਤੇ ਰੱਖਿਆ, ਭੁੱਲ ਗਿਆ ਰਾਤੀ ਜਾਣਾ, ਉਹੀ ਚੁੱਕ ਕੇ ਲਗੇ ਬਸ। ਸਮਾਨ ਵੀ ਲਗੇ? ਹਾਂਜੀ, ਸਮਾਨ ਤਾਂ ਖਾ ਪੀ ਵਾਲਾ ਸੀ, ਖਾ ਪੀ ਕੇ ਲੈ ਕੇ ਤੋੜੀ ਉੱਥੋਂ ਜੀ ਪਈ ਬਾਹਰੋਂ ਸੇਕ ਚੁੱਕ ਸਰੀਆ ਜਿਹਾ ਤੋੜ ਕੇ, ਸੇਕ ਟੰਗ ਦਾ ਹੁੰਦਾ ਜੀ, ਉਹ ਤੋੜ ਕੇ ਉਹਨਾਂ ਨੇ ਮਤਲਬ ਕੰਪਿਊਟਰ ਪੜ ਲਿਆ, ਪੜ ਕੇ ਪਲਾਸ ਪੇਸ਼ਕਸ ਜਿਹੜਾ ਪੇਸ਼ਕਸ ਸੀਗਾ ਉਹ ਡਾਕਟਰੀ ਦੁਕਾਨ ਦੇ ਕੋਲ ਮਿਲਿਆ, ਜਿਹੜੀ ਥੋੜੀ ਸੀ ਉਹ ਡਾਕਟਰ ਗੌਤਮ ਦੀ ਦੁਕਾਨ ਤੇ ਪਈ ਹੋਈ ਸੀਗੀ, ਤੇ ਪਲਾਸ ਦਾ ਪਤਾ ਨਹੀਂ ਲੱਗਿਆ, ਖੁਰਪੀ ਖੁਰਪੀ ਤੋੜ ਕੇ ਸਭ ਕੁਛ ਤਾਂ ਚੱਕ ਕੇ ਲੈ ਗਏ, ਜੋ ਕੁਛ ਉਹਨਾਂ ਕੋਲ ਹੱਥ ਆਇਆ। ਆਹ ਸ਼ੀਸ਼ਾ ਜਦੋਂ ਤੁਸੀਂ ਦੇਖ ਰਹੇ ਹਾਂ, ਇਹਨੂੰ ਪੱਟ ਕੇ ਤੋੜ ਕੇ ਅੰਦਰ ਵੜ ਕੇ ਚੋਰੀ ਕੀਤੀ ਹੈ, ਅਤੇ ਨੁਕਸਾਨ ਕਿੰਨਾ ਹੋਇਆ ਜੀ? ਨੁਕਸਾਨ 5-6 ਹਜ਼ਾਰ ਰੁਪਈਆ ਹੋ ਗਿਆ। ਦਵਾਈਆਂ ਵੀ? ਦਵਾਈਆਂ ਨਹੀਂ, ਹਾਂਜੀ ਨਾਗੀ ਲੈ ਕੇ ਵੈਸੇ ਆ, ਬਾਕੀ ਜਿੱਦਾਂ ਭੰਨ ਤੋੜ ਜ਼ਿਆਦਾ ਕੀਤੀ ਹੈ, 2-3 ਹਜ਼ਾਰ ਰੁਪਈਆ ਉਹ ਲੈ ਗਿਆ, 2000 ਸਾਡਾ ਕੈਸ਼ ਪਿਆ ਸੀਗਾ ਇੱਥੇ ਪੇਮੈਂਟ ਦੇਣੀ ਸੀ, ਠੀਕ ਹੈ ਉਹ ਲੈ ਗਿਆ। ਭੰਨ ਤੋੜ ਜ਼ਿਆਦਾ ਕਰ ਗਿਆ, ਅੰਦਰੋਂ ਨਾ ਖਲਾਰਾ ਜ਼ਿਆਦਾ ਪਾ ਗਿਆ, ਅੰਦਰ ਅਲਮਾਰੀ ਤੋੜੀ। ਦੁਕਾਨ ਮੇਰੀ ਹੈ ਜੀ, ਪਰ ਮੈਂ ਘਰੋਂ ਲੇਟ ਆਉਂਦਾ ਹੈਗਾ ਰੋਜ਼, ਮੇਰੇ ਭਾਣਜੇ ਨੇ ਦੁਕਾਨ ਖੋਲ੍ਹੀ ਸਵੇਰੇ ਆ ਕੇ, ਲੇਕਿਨ ਫਿਰ ਫੋਨ ਕੀਤਾ ਘਰ ਨੂੰ ਵੀ ਦੁਕਾਨ 'ਤੇ ਆਓ, ਮਾਮਾ ਜੀ ਦੁਕਾਨ 'ਤੇ ਬਹੁਤ ਨੁਕਸਾਨ ਹੋਇਆ। ਆ ਕੇ ਦੇਖਿਆ ਤਾਂ ਦੁਕਾਨ ਦਾ ਬੁਰਾ ਹਾਲ ਸੀ, ਗੱਲੇ ਗੁੱਲੇ ਖਿਲਰੇ ਪਏ ਸਭ, ਸਮਾਨ ਵਿਖਰਿਆ ਪਿਆ ਅਤੇ ਸਮਾਨ ਕਾਫੀ ਹੈ ਨਹੀਂ ਵਿੱਚ। ਨਹੀਂ ਨੁਕਸਾਨ ਕਾਹਦਾ, ਕੀ ਹੋਇਆ, ਕੀ ਹੈ, ਚੋਰੀ ਹੋਈ ਹੈ, ਕੀ ਹੋਇਆ, ਚੋਰੀ ਹੋਈ ਹੈ? ਮੈਂ ਦੇਖਿਆ ਚੋਰੀ ਛੱਤ ਪਾੜ ਕੇ ਹੋਈ ਜੀ, ਉੱਪਰੋਂ ਛੱਤ ਪਾੜ ਕੇ ਚੋਰੀ ਹੋਈ ਹੈ। ਨੁਕਸਾਨ ਕੈਸ਼ ਸੀਗਾ, ਅਲੱਗ ਰੱਖਿਆ ਗੋਲਕ ਦੇ ਵਿੱਚ, ਉਹ ਗੋਲਕ ਵੀ ਹੈ ਨਹੀਂ, ਅਤੇ ਪੁਰਾਣੀਆਂ ਚਾਂਦੀ ਦੀਆਂ ਅਤੇ ਸੋਨੇ ਦੀਆਂ ਟੁੱਬਾਂ ਸੀ ਰੱਖੀਆਂ ਬਹੁਤ ਪੁਰਾਣੀਆਂ ਬਦਲਣ ਵਾਸਤੇ, ਉਹ ਵੀ ਹੈ ਨਹੀਂ। ਨਹੀਂ ਨਕਦੀ ਕਿੰਨੀ ਗਾਇਬ ਹੋਈ ਹੈ ਜੀ ਤੁਹਾਡੀ, ਚੋਰੀ ਹੋਈ ਹੈ? ਨਕਦੀ ਅੰਦਾਜ਼ਾ ਮੇਰਾ ਖਿਆਲ ਹੋਣਾ ਜੀ 7-8 ਹਜ਼ਾਰ। ਇਹ ਪਹਿਲਾਂ ਹੀ ਵਾਰਦਾਤ ਹੋਈ ਹੈ ਤੁਹਾਡੀ ਦੁਕਾਨ 'ਤੇ? ਪਹਿਲਾਂ ਵਾਰ ਹੋਈ, ਜਾਏ ਤੋਂ 6 ਮਹੀਨੇ ਪਹਿਲਾਂ। ਅਤੇ ਉਹ ਜਿਹੜੇ ਪਹਿਲਾਂ ਮੁਜਰਮ ਸੀਗੇ ਉਹ ਕਾਬੂ ਹੋ ਗਏ ਸੀਗੇ? ਉਹ ਕਾਬੂ ਹੋ ਗਏ ਸੀਗੇ ਜੀ, ਪਰ ਸਾਨੂੰ ਕੁਛ ਨਹੀਂ ਮਿਲਿਆ ਉਹ 'ਚੋਂ। ਇਹ ਦੂਸਰੀ ਵਾਰ ਜਿਹੜੀ ਤੁਹਾਡੀ ਦੁਕਾਨ 'ਤੇ ਵਾਲੀ ਚੋਰੀ ਹੋਈ ਆ, ਪਤਾ ਨਹੀਂ ਪੁਲਿਸ ਵਾਲੇ ਮਿਲ ਕੇ ਉਹਨੂੰ ਕਿੱਦਾਂ ਛੱਡ ਦਿੱਤਾ, ਕਿੱਦਾਂ ਨਹੀਂ ਛੱਡਿਆ, ਇੱਥੇ ਪਿੰਡ 'ਚ ਘੁੰਮਦਾ ਵਾ। ਫਿਰ ਮੈਂ ਚੋਰੀ ਕੀਤੀ ਆ, ਮੇਰੇ ਨਾਲ 2 ਬੰਦੇ ਹੋਰ ਸੀ, ਪਰ ਪੁਲਿਸ ਨੇ ਦੂਸਰੇ 2 ਬੰਦੇ ਫੜੇ ਨਹੀਂ।
ਇਹ ਜਿਹੜੀ ਚੋਰੀ ਦੀ ਵਾਰਦਾਤ ਆ ਤੁਹਾਡੇ ਦੁਕਾਨ ਤੇ ਦੂਸਰੀ ਵਾਰੀ ਹੋਈ ਆ, ਤੁਸੀਂ ਕਹਿ ਰਹੇ ਆ ਕਿ ਪਹਿਲਾਂ ਬੰਦਾ ਮੰਨ ਵੀ ਗਿਆ ਸੀ ਉਹ ਛੁੱਟ ਗਿਆ ਨਾ? ਹਾਂਜੀ ਹਾਂਜੀ, ਪਹਿਲਾਂ ਵੀ ਤੁਹਾਡੀ ਦੁਕਾਨ ਦੀ ਛੱਤ ਖੋਲੀ ਇੱਦਾਂ ਛੱਤ ਪੜ ਕੇ ਚੋਰੀ ਹੋਈ, ਪਹਿਲਾਂ ਜਿੱਦਾਂ ਹੁਣ ਛੱਤ ਪੜ ਕੇ ਚੋਰੀ ਹੋਈ ਹੈ। ਪਰ ਜੀ ਗੱਲ ਇਸ ਤਰ੍ਹਾਂ ਆ ਜੀ ਕਿ ਮੇਰੀ ਨਾਲ ਦੁਕਾਨ ਆ ਡਾਕਟਰ ਦੀ, ਅਤੇ ਮੇਰੀ ਦੁਕਾਨ ਜਿਹੜੀ ਅਪਰੋਕਸੀਮੇਟਲੀ ਮੈਂ 9 ਵਜੇ ਆਉਂਦਾ ਹਾਂ, ਅਤੇ ਇਹ ਮੇਰੇ ਪਿਤਾ ਜੀ ਦੀ ਦੁਕਾਨ ਆ ਜਿਹੜੀ ਸਵੇਰ ਨੂੰ 5:30-6 ਵਜੇ ਖੁੱਲ੍ਹ ਜਾਂਦੀ ਆ। ਮੇਰੇ ਵੱਡੇ ਬ੍ਰਦਰ ਜਾਂ ਮੇਰਾ ਕਜ਼ਨ ਬ੍ਰਦਰ ਆ ਜੀ, ਇਹ ਆ ਕੇ ਸਵੇਰ ਨੂੰ ਦੁਕਾਨ ਖੋਲ੍ਹਦਾ ਆ। ਕਿਸੇ ਨਿੱਜੀ ਕਾਰਨਾਂ ਕਰਕੇ ਵੱਡੇ ਬ੍ਰਦਰ ਕਿਤੇ ਗਏ ਹੋਏ ਸੀਗੇ, ਉਹਨਾਂ ਦੀ ਐਬਸੈਂਟ ਵਿੱਚ ਮੇਰੇ ਕਜ਼ਨ ਬ੍ਰਦਰ ਨੇ ਆ ਕੇ ਦੁਕਾਨ ਖੋਲ੍ਹੀ ਆ। ਇਹਨੇ ਜਿੱਦਾਂ ਹੀ ਸ਼ਟਰ ਖੋਲ੍ਹਿਆ ਮੈਨੂੰ ਫੋਨ ਕੀਤਾ ਕਿ ਦੁਕਾਨੇ ਛੇਤੀ ਆਓ। ਜਿੱਦਾਂ 6 ਮਹੀਨੇ ਪਹਿਲਾਂ ਕਹਿੰਦਾ ਆਪਣੀ ਦੁਕਾਨੇ ਹੋਇਆ ਸੀ, ਉਹੀ ਕੰਮ ਫੇਰ ਹੋ ਗਿਆ ਆ। ਉਹਦੇ ਨਾਲ ਹੀ ਮੈਂ ਦੁਕਾਨ 'ਤੇ ਆਇਆ ਅਤੇ ਦੁਕਾਨ 'ਤੇ ਆ ਕੇ ਦੇਖਿਆ, ਜਾਇਜ਼ਾ ਕੀ ਲਿਆ, ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ, ਅਤੇ ਸਾਡੇ ਹਲਕੇ ਦੇ ਜਿਹੜੇ MLA ਸਾਹਿਬ ਆ ਉਹਨਾਂ ਦੀ ਗੌਰ ਦੇ ਵਿੱਚ ਵੀ ਇਹ ਮੁੱਦਾ ਲਿਆਂਦਾ, ਕਿਉਂਕਿ ਪਹਿਲਾਂ ਵੀ ਸਾਡੀਆਂ ਦੁਕਾਨਾਂ 'ਤੇ ਚੋਰੀ ਹੋਈ ਸੀ। ਉਦੋਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਅਤੇ ਸਾਡੇ MLA ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਸਾਰਾ ਕੀਤਾ ਸੀਗਾ, ਅਤੇ ਉਹਦੇ 'ਤੇ ਜੋ ਬਣਦੀ ਕਾਰਵਾਈ ਸੀ ਪੁਲਿਸ ਨੇ ਕੀਤੀ, ਪਰ ਉਹ ਕਾਰਵਾਈ ਪ੍ਰੋਪਰ ਵੇ ਦੇ ਵਿੱਚ ਨਹੀਂ ਹੋਈ। ਜਿੱਦਾਂ ਕਿ ਪਹਿਲਾਂ ਅਸੀਂ 3 ਚੋਰ ਜਿਹੜੇ 3 ਚੋਰਾਂ ਨੇ ਸਾਡੀ ਦੁਕਾਨ 'ਤੇ ਆ ਕੇ ਚੋਰੀ ਕੀਤੀ, ਉਹਦੇ ਵਿੱਚੋਂ 1 ਚੋਰ ਅਸੀਂ ਆਪ ਪੁਲਿਸ ਨੂੰ ਫੜਾਇਆ। ਲੰਮਾ ਟਾਈਮ ਬੀਤ ਗਿਆ ਸੀ, ਪੁਲਿਸ ਨੇ ਨਹੀਂ ਚੋਰ ਫੜਿਆ, ਫਿਰ ਅਸੀਂ ਆਪ ਚੋਰ ਪੁਲਿਸ ਨੂੰ ਫੜ ਕੇ ਫੜਾਇਆ, ਅਤੇ ਅਸੀਂ ਪੁਲਿਸ ਦੇ ਅੱਗੇ ਡਿਮਾਂਡ ਕੀਤੀ ਕਿ ਚੋਰ ਜਿਹੜਾ ਇਹ ਤਾਂ ਤੁਸੀਂ ਫੜ ਲਿਆ ਆ, ਇਹ ਅੱਜ ਨਹੀਂ ਤਾਂ ਕੱਲ੍ਹ ਜ਼ਮਾਨਤ ਕਰਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ। ਅਤੇ ਅਸੀਂ ਪੁਲਿਸ ਨੂੰ ਉਸ ਟਾਈਮ ਵੀ ਪੁਲਿਸ ਪ੍ਰਸ਼ਾਸਨ ਨਾਲ ਮੰਗ ਕੀਤੀ ਸੀ ਕਿ ਜੋ ਸਾਡੀ ਦੁਕਾਨ ਤੋਂ ਸਮਾਨ ਚੋਰੀ ਹੋਇਆ ਆ, ਜਿਨ੍ਹਾਂ ਨੂੰ ਉਹਨਾਂ ਨੇ ਇਹ ਚੋਰਾਂ ਨੇ ਸਮਾਨ ਵੇਚਿਆ, ਸਾਨੂੰ ਉਹਨਾਂ ਤੱਕ ਉਹਨਾਂ ਦੇ ਨਾਲ ਇੱਕ ਸਾਡੀ ਮੁਲਾਕਾਤ ਕਰਾਈ ਜਾਵੇ, ਤਾਂ ਜੋ ਸਾਨੂੰ ਜਿਹੜੀ ਇਹ ਚੋਰਾਂ ਦੀ ਗੈਂਗ ਆ ਉਹਨੂੰ ਠੱਲ ਪਾਈ ਜਾਵੇ। ਪਰ ਪੁਲਿਸ ਨੇ ਇੱਕ ਬਸ ਫੋਰਮੈਲਿਟੀ ਤੌਰ 'ਤੇ ਜ਼ਰੂਰ ਉਦੋਂ ਮਤਲਬ ਕਿ ਸਾਡੇ ਨਾਲ ਆ, ਪਰ ਸਾਡਾ ਕੋਈ ਸਾਥ ਨਹੀਂ ਦਿੱਤਾ, ਕਿਉਂਕਿ ਉਹ 1 ਚੋਰ 'ਤੇ ਜ਼ਮਾਨਤ ਕਰਾ ਕੇ ਬਾਹਰ ਆ ਗਿਆ। ਦੂਸਰੇ 2 ਚੋਰਾਂ ਨੂੰ ਪੁਲਿਸ ਨੇ ਜਦੋਂ ਕਿ ਉਹ ਚੋਰ ਨੇ ਨਾਮ ਵੀ ਦੱਸ ਦਿੱਤੇ ਸੀ, ਕਿਹਾ ਮੇਰੇ ਸਾਥੀ ਆ, ਦੂਜਿਆਂ 2 ਚੋਰਾਂ ਨੂੰ ਪੁਲਿਸ ਨੇ 1 ਵਾਰ ਵੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, 1 ਵਾਰ ਵੀ ਉਹਨਾਂ ਦੇ ਘਰ 'ਚ ਛਾਪਾਮਾਰੀ ਨਹੀਂ ਕੀਤੀ। ਅਸੀਂ ਜਦੋਂ ਪੁਲਿਸ ਕੋਲ ਜਾਂਦੇ ਸੀ ਸਾਨੂੰ ਇਹ ਕਹਿ ਦਿੱਤਾ ਜਾਂਦਾ ਸੀ ਕੋਈ ਨਹੀਂ ਤੁਹਾਡੀ ਤਸੱਲੀ ਕਰਾਵਾਂਗੇ, ਪਰ ਸਾਡੀ ਤਸੱਲੀ ਤਦ ਹੁੰਦੀ ਜਿਨ੍ਹਾਂ ਨੂੰ ਉਹਨਾਂ ਨੇ ਚੋਰੀ ਦਾ ਸਮਾਨ ਵੇਚਿਆ, ਸਾਨੂੰ ਉਹਨਾਂ ਦੇ ਨਾਲ ਮਿਲਾਉਂਦੇ। ਹੁਣ ਵੀ ਸਾਨੂੰ MLA ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਆ ਕਿ ਤੁਹਾਡੇ ਚੋਰਾਂ ਦੀ ਚੰਗੀ ਤਰੀਕੇ ਦੇ ਨਾਲ ਇਸ ਵਾਰੀ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਕਾਰਵਾਈ ਕੀਤੀ ਜਾਊਗੀ, ਤਾਂ ਜੋ ਮੁੜ ਕੇ ਕੋਈ ਇੱਦਾਂ ਬੰਦਾ ਨਾ ਕਰੇ, ਇੱਦਾਂ ਦੀ ਚੋਰੀ ਕੋਈ ਵੀ ਬੰਦਾ ਨਾ ਕਰੇ। ਅਤੇ ਨਾਲ ਹੀ ਮੇਰੀ ਦੁਕਾਨ ਆ ਉੱਥੇ ਵੀ ਕੋਸ਼ਿਸ਼ ਕੀਤੀ ਗਈ ਆ, ਉੱਪਰ ਸੱਬਲਾਂ ਮਾਰੀਆਂ ਕਿ ਸੱਟ ਮਾਰੀ ਗਈ ਆ ਪੱਟਣ ਦੀ, ਉਹ ਨਹੀਂ ਪੱਟ ਹੋਇਆ। ਉਹਦੇ ਨਾਲ ਨਾਲ ਸਾਡੇ ਪਿੰਡ ਦੇ ਵਿੱਚ ਰਾਤੋਂ ਰਾਤ ਹੀ ਘੱਟੋ ਘੱਟ 5 ਚੋਰੀਆਂ ਹੋਈਆਂ ਆ, ਜਿਨ੍ਹਾਂ ਦੇ ਵਿੱਚ ਬਹੁਤ ਭਾਰੀ ਮਾਲੀ ਨੁਕਸਾਨ ਹੋਇਆ ਆ। ਅਸੀਂ ਇੱਦਾਂ ਜੀ ਜਦੋਂ ਪਹਿਲਾਂ ਚੋਰੀ ਹੋਈ ਸੀਗੀ ਉਸ ਤੋਂ ਬਾਅਦ ਕੁਛ ਵੀ ਕੈਸ਼ ਵਗੈਰਾ ਜਿਹੜਾ ਦੁਕਾਨ ਦੇ ਵਿੱਚ ਨਹੀਂ ਛੱਡ ਕੇ ਜਾਂਦੇ ਸੀ, ਕਿਉਂਕਿ ਪਿਛਲੀ ਵਾਰੀ ਸਾਡੀ ਨਗਦੀ ਪਲੱਸ ਦੁਕਾਨ ਦਾ ਸਮਾਨ ਮਿਲਾ ਕੇ ਲਗਭਗ 1 ਲੱਖ ਦੇ ਨੇੜੇ ਨੁਕਸਾਨ ਹੋ ਗਿਆ ਸੀਗਾ, ਪਰ ਸਾਨੂੰ 1 ਰੁਪਏ ਦੀ ਵੀ ਭਰਵਾਈ ਨਹੀਂ ਸੀ ਹੋਈ। ਇਸ ਵਾਰੀ ਅਸੀਂ ਕੈਸ਼ ਵਗੈਰਾ ਨਹੀਂ ਛੱਡ ਕੇ ਜਾਂਦੇ ਸੀਗੇ, ਕੈਸ਼ ਵਗੈਰਾ ਸਾਰਾ ਲੈ ਗਏ ਸੀਗੇ, ਪਰ ਡੈਡੀ ਨੇ ਆਪਣਾ ਇੱਕ ਗੁੱਲਕ ਲਾਇਆ ਹੁੰਦਾ ਸੀਗਾ, ਹਰ ਦੁਕਾਨਦਾਰ ਲਾਉਂਦਾ ਆ, ਉਹਦੇ ਵਿੱਚ ਰੋਜ਼ ਦਾ 200-250-300 ਰੁਪਏ ਡੈਡੀ ਪਾਉਂਦੇ ਸੀਗੇ। ਉਹ ਗੁੱਲਕ ਜਿਹੜਾ ਦੁਕਾਨ ਦੇ ਵਿੱਚੋਂ ਗਾਇਬ ਆ, ਇਹਦੇ 'ਚ ਅੰਦਾਜ਼ਾ ਆਇਆ ਕਿ 7 ਤੋਂ 10 ਹਜ਼ਾਰ ਰੁਪਈਆ ਘੱਟੋ ਘੱਟ ਜਿਹੜਾ ਆ ਕਿ ਚੋਰਾਂ ਨੇ ਸਾਡੀ ਦੁਕਾਨ ਤੋਂ ਫਿਰ ਤੋਂ ਸਾਨੂੰ ਨੁਕਸਾਨ ਜਿਹੜਾ 7 ਤੋਂ 10 ਹਜ਼ਾਰ ਰੁਪਏ ਦਾ ਉਹ ਪਹੁੰਚਾ ਗਏ ਆ। ਅਤੇ ਕੁਛ ਪੁਰਾਣੀਆਂ ਤੁੰਬਾਂ ਸੀਗੀਆਂ ਉਹ ਮੇਰੀ ਵਾਈਫ ਲੈ ਕੇ ਆਏ ਸੀਗੇ ਦੁਕਾਨ 'ਤੇ, ਕਹਿੰਦੇ ਆਪਾਂ ਬਦਲਾਉਣ ਜਾਣਾ ਆ, ਪਰ ਕੱਲ੍ਹ ਬਿਜ਼ੀ ਹੋਣ ਕਰਕੇ ਅਸੀਂ ਬਦਲਾਉਣ ਨਹੀਂ ਜਾ ਸਕੇ। ਉਹ ਵੀ ਤੁੰਬਾਂ ਸਾਡੇ ਤੋਂ ਦੁਕਾਨੇ ਪਈਆਂ ਰਹਿ ਗਈਆਂ, ਜਿਹੜੀਆਂ ਕਿ ਤੁੰਬਾਂ ਵਗੈਰਾ ਅਸੀਂ ਦੁਕਾਨੇ ਨਹੀਂ ਰੱਖਦੇ, ਪਰ ਉਹ ਬਦਲਾਉਣ ਜਾਣਾ ਸੀ ਕਰਕੇ ਅਸੀਂ ਦੁਕਾਨੇ ਰੱਖੀਆਂ ਸੀਗੀਆਂ, ਉਹ ਤੁੰਬਾਂ ਵੀ ਗਾਇਬ ਆ। ਅਤੇ ਲਗਭਗ ਕਹਿ ਲਓ ਕਿ ਤੁੰਬਾਂ ਜਿਹੜੀਆਂ ਸੀ ਜ਼ਿਆਦਾ ਚਾਂਦੀ ਦੀਆਂ ਸੀਗੀਆਂ, ਸੋਨਾ ਐਮਿਕ ਵਿੱਚ ਹੋਊਗਾ 2-4 ਗ੍ਰਾਮ ਦੀ ਕੋਈ ਮਾੜੀ ਮੋਟੀ ਨੱਥ ਵਗੈਰਾ ਜਿੱਦਾਂ ਲੇਡੀ ਦੀਆਂ ਇੱਦਾਂ ਦੀਆਂ ਕੋਈ ਜਾਂ ਟੋਪਸ ਹੋਊਗਾ। ਅਤੇ ਲਗਭਗ 50,000 ਦਾ ਕਹਿ ਲਓ ਕਿ ਸੋਨਾ ਚਾਂਦੀ ਮਿਲਾ ਕੇ, ਜ਼ਿਆਦਾ ਨਹੀਂ ਸੀਗਾ, 1 ਅੱਧੀ ਤੁੰਬੀ ਸੀਗੀ, ਬਾਕੀ ਚਾਂਦੀ ਦੀਆਂ ਤੁੰਬਾਂ ਕਾਫੀ ਹੈਗੀਆਂ ਸੀਗੀਆਂ, ਉਹ ਸਾਰਾ ਗਾਇਬ ਹੈਗਾ ਜੀ ਦੁਕਾਨ 'ਚ। ਹੁਣ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਹੈ ਇਸ ਵਾਰ ਦੂਸਰੀ ਵਾਰੀ ਚੋਰੀ ਆਉਣ ਤੋਂ ਬਾਅਦ? ਹਾਂਜੀ, ਮੈਂ ਪੁਲਿਸ ਨੂੰ ਇਤਲਾਹ ਕੀਤੀ, ਅਤੇ ਪੁਲਿਸ ਵਾਲਿਆਂ ਨੂੰ ਮੈਂ ਪੁਰਾਣੀ ਚੋਰੀ ਦਾ ਵੀ ਉਹਨਾਂ ਦੀ ਧਿਆਨ 'ਚ ਲਿਆਂਦਾ, ਪਰ ਉਹ ਮੁਲਾਜ਼ਮ ਸਾਹਿਬ ਜਿਹੜੇ ਚੌਂਕੀ ਇੰਚਾਰਜ ਆਏ ਕਹਿੰਦੇ ਨਵੇਂ ਆ, ਮੈਨੂੰ ਇਸ ਲਈ ਪੁਰਾਣਾ ਨਹੀਂ ਪਤਾ, ਇਸ ਵਾਰੀ ਮੈਂ ਤੁਹਾਡੀ ਪ੍ਰੋਪਰ ਜਿਹੜੀ ਆ ਹੈਲਪ ਕਰੂੰਗਾ। ਨਹੀਂ, ਬਾਕੀ ਸਾਨੂੰ ਪੂਰਾ ਜੀ ਜੇ ਕਹੀਏ ਪਿਛਲੀ ਚੋਰੀ ਦੇ ਹਿਸਾਬ ਨਾਲ ਸਾਨੂੰ ਪੂਰਾ ਯਕੀਨ ਨਹੀਂ ਹੈਗਾ ਕਿ ਮਤਲਬ ਕਿ ਸਾਡਾ ਮਤਲਬ ਇਕੱਲੀ ਪੁਲਿਸ ਜੇ ਪਹਿਲਾਂ ਮੰਗੀ ਕਰੂਗੀ ਤਾਂ ਅਸੀਂ ਆਈ ਸੀਗੀ, ਮੌਕੇ 'ਤੇ ਆਈ ਸੀ ਜੀ, ਮੌਕਾ ਜਾਣੀ ਕਿ ਜੋ ਵੀ ਆਪਣੀ ਕਾਰਵਾਈ ਉਹਨੇ ਸ਼ੁਰੂ ਕਰ ਦਿੱਤੀ। ਹਾਂਜੀ, ਕਾਰਵਾਈ ਸ਼ੁਰੂ ਕਰਤੀ ਆ ਜੀ, ਸਾਨੂੰ ਵਿਸ਼ਵਾਸ ਆ ਕਿ ਹੁਣ ਸਾਡੇ ਨਾਲ ਪਹਿਲਾਂ ਮੰਗੂ ਨਹੀਂ ਕਰੂਗੇ, ਪਰ ਜੇ ਪਹਿਲਾਂ ਮੰਗੂ ਕਰਦੇ ਆ ਤਾਂ ਉਹਦੇ ਲਈ ਅਸੀਂ ਫਿਰ ਖੁੱਲ੍ਹ ਕੇ ਰੋਡ 'ਤੇ ਆਵਾਂਗੇ, ਅਸੀਂ ਧਰਨੇ ਲਾਵਾਂਗੇ। ਸਾਡੇ ਪਿੰਡ ਦੇ ਵਿੱਚ ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਡਈ ਆ, ਪਰ ਕੋਈ ਵੀ ਸਾਡੇ ਪਿੰਡ ਦੇ ਵਿੱਚ ਪੁਲਿਸ ਉਸ ਹਿਸਾਬ ਨਾਲ ਐਕਟਿਵ ਨਹੀਂ ਹੈਗੀ, ਜਿਵੇਂ ਕਿ ਜਿਹੜੇ ਸਾਡੇ ਪਿੰਡ ਦੇ ਵਿੱਚੋਂ ਨਸ਼ੇੜੀ ਉਹਨਾਂ ਨੂੰ ਫੜਿਆ
ਲਾਗੇ ਜਾ ਕੇ ਗਰਾਊਂਡ ਹੈਗੀ ਆ ਜੀ। ਗਰਾਊਂਡ 'ਤੇ ਦਿਨ ਦਿਹਾੜੇ ਮੁੰਡੇ ਨਸ਼ੇ ਵਾਲੇ ਖੜ੍ਹੇ ਹੁੰਦੇ ਆ, ਉਹ ਬੇਖੌਫ ਹੋ ਕੇ ਨਸ਼ਾ ਕਰਦੇ ਆ, ਉੱਥੇ ਕੋਈ ਕਾਰਵਾਈ ਨਹੀਂ ਕਿਸੇ ਤਰ੍ਹਾਂ ਦੀ ਹੋ ਰਹੀ। ਨਹੀਂ ਜਿਹੜੀ ਪੁਲਿਸ ਆ ਜੰਡੂ ਸਿੰਘ ਤੋਂ ਆਈ ਸੀ ਚੌਂਕੀ? ਹਾਂਜੀ, ਜੰਡੂ ਸਿੰਘ ਚੌਂਕੀ। ਉਹਨੇ ਕੀ ਵਿਸ਼ਵਾਸ ਦਿਵਾਇਆ? ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ, ਨਵੇਂ ਆਏ ਸੀਗੇ, ਬਹੁਤ ਚੰਗਾ ਸੁਭਾਅ ਸੀਗਾ, ਸਾਨੂੰ ਲੱਗਾ ਕਿ ਉਹ ਲੱਗਦਾ ਆ ਕਿ ਉਹ ਸਾਡੀ ਹੈਲਪ ਕਰੂਗੇ, ਪਰ ਜੇ ਪਹਿਲਾਂ ਵਾਂਗੂ ਹੋਇਆ ਤਾਂ ਅਸੀਂ ਰੋਡ 'ਤੇ ਆ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਜੇ ਪਹਿਲਾਂ ਵਾਂਗੂ ਹੁੰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਤੁਹਾਨੂੰ ਜੀ ਚੋਰੀ ਦੇ ਲਈ ਜੋ ਵੀ ਹੋਈ ਆ ਉਹਦੇ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਆ, ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਸਾਡੇ ਮੌਕੇ 'ਤੇ ਅਫਸਰ ਕਾਰਵਾਈ ਕਰਨ ਆਏ ਆ, ਗੁਰਮੀਤ ਰਾਮ ਜੀ ਸਬ ਇੰਸਪੈਕਟਰ ਸੀ ਜੋ ਨਵੇਂ ਚੌਂਕੀ ਇੰਚਾਰਜ ਨੇ, ਉਹਨਾਂ ਨੇ ਭਰੋਸਾ ਤਾਂ ਪੂਰਾ ਦਵਾਇਆ ਆ, ਪਰ ਦੇਖਦੇ ਹਾਂ ਕਿ ਹੁਣ ਉਹ ਜੋ ਉਹਨਾਂ ਨੇ ਭਰੋਸਾ ਦਵਾਇਆ ਉਹਦੇ 'ਤੇ ਖਰੇ ਉਤਰਦੇ ਆ ਜਾਂ ਨਹੀਂ ਉਤਰਦੇ। ਅਗਰ ਤਾਂ ਉਹ ਖਰੇ ਉਤਰਦੇ ਆ ਠੀਕ ਆ, ਨਹੀਂ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਪੁਲਿਸ ਦੇ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਵਿੱਚ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਾਂਗੇ। ਜਿਹੜੇ ਸਬ ਇੰਸਪੈਕਟਰ ਆਏ ਸੀ ਕਿਹੜੀ ਚੌਂਕੀ ਤੋਂ ਆਏ ਸੀ? ਜੰਡੂ ਸਿੰਘ ਦਾ ਚੌਂਕੀ ਇੰਚਾਰਜ ਜੀ, ਨਵੇਂ ਆਏ ਆ, ਕੱਲ੍ਹ ਹੀ ਹਲੇ ਉਹਨਾਂ ਨੇ ਚਾਰਜ ਜਿਹੜਾ ਉਹ ਸਾਂਭਿਆ। ਉਹਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਮੌਕੇ? ਹਾਂਜੀ, ਕਰ ਦਿੱਤੀ ਆ ਜੀ, ਕਾਰਵਾਈ ਤਾਂ ਪਹਿਲੇ ਵੀ ਸੀ, ਜਿਹੜੇ ਭਗਵੰਤ ਸਿੰਘ ਜੀ ਉਹਨਾਂ ਨੇ ਵੀ ਮੌਕੇ 'ਤੇ ਕੀਤੀ ਸੀਗੀ, ਪਰ ਉਹਨਾਂ ਦੀ ਜਿਹੜੀ ਕਾਰਵਾਈ ਆ ਉਹਦੇ ਨਾਲ ਸਾਡੀ ਕੋਈ ਤਸੱਲੀ ਨਹੀਂ ਹੋਈ, ਕਿਉਂਕਿ ਉਹਨਾਂ ਨੇ ਚੋਰਾਂ ਨੂੰ ਤਾਂ ਫੜ ਲਿਆ, ਗਾਂ ਚੋਰਾਂ ਨੇ ਜਿਹਨਾਂ ਨੂੰ ਸਮਾਨ ਫੜਿਆ ਆ, ਜੋ ਜਾਣੀ ਕਿ ਜਿਹੜੀ ਜਾੜੂ ਆ ਉਹਦੇ ਤੱਕ ਉਹਨਾਂ ਨੂੰ ਨਾ ਪਤਾ ਹੋਣ ਦੇ ਬਾਵਜੂਦ ਉਹਨਾਂ ਤੱਕ ਉਹਨਾਂ ਨੇ ਅਪਰੋਚ ਨਹੀਂ ਕੀਤੀ।